ਅਨਫੋਰਚੁਨੇਟ ਗੱਲ ਹੈ ਡੈਮੋਕਰੇਸੀ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਜੀ ਇਹਦੇ ਵਿੱਚ ਜਿਹੜਾ ਲੀਡਰ ਆਫ ਦੀ ਓਪੋਜੀਸ਼ਨ ਹੁੰਦਾ ਉਸ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਜੀ ਜੇ ਸ਼ੈਡੋ ਚੀਫ ਮਿਨਿਸਟਰ ਜਾਂ ਲੀਡਰ ਆਫ ਦੀ ਓਪੋਜੀਸ਼ਨ ਇਸ ਕਿਸਮ ਦੀ ਮਰਿਆਦਾ ਦੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਨੇ ਮੈਂ ਸਭ ਨੇ ਇਸ ਤੋਂ ਵੱਡੀ ਅਫਸੋਸ ਨਾਲ ਗੱਲ ਕਰੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਚੀਫ ਮਿਨਿਸਟਰ ਪੰਜਾਬ ਕਿਸ ਕਿਸਮ ਦਾ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਇਹਨਾਂ ਦੇ ਇਲਜ਼ਾਮ ਵੇਖੋ ਓਪੋਜੀਸ਼ਨ ਦਾ ਕੰਮ ਹੈ ਗਵਰਨਮੈਂਟ ਨੂੰ ਪਿੰਨ ਡਾਊਨ ਕਰਕੇ ਰੱਖ ਜਿਹੜੇ ਜੋ ਵੀ ਤੁਸੀਂ ਕੱਲ੍ਹ ਵੇਖੋ ਕੱਲ੍ਹ ਨੌਜਵਾਨ ਬੱਚੇ ਤਿੰਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਫਿਰੋਜ਼ਪੁਰ 'ਚ ਅਸੀਂ ਪਹਿਲੇ ਦਿਨ ਉਹ BAC ਦੀ ਕਮੇਟੀ 'ਚ ਵੀ ਗੱਲ ਕਹੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਸਾਰਿਆਂ ਨੂੰ ਵੱਡਾ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਬਟ ਉਹਨਾਂ ਸਾਰਿਆਂ ਨੂੰ ਵੱਡਾ ਮਸਲਾ ਲੋ ਐਂਡ ਆਰਡਰ ਅਤੇ ਉਹਦੇ 'ਚ ਤੁਸੀਂ ਡਿਸਕਸ਼ਨ ਦਾ ਵਕਤ ਵੇਖੋ ਡਿਸਕਸ਼ਨ ਨਹੀਂ ਹੋਈ ਕਿੱਥੇ ਉਹ ਲਾਰੈਂਸ ਬਿਸ਼ਨੋਈ ਤੋਂ ਲੈ ਕੇ ਤੁਸੀਂ ਹਰ ਰੋਜ਼ ਵੇਖ ਰਹੇ ਹੋ ਕੀ ਇੱਥੇ ਕੰਮ ਹੋ ਰਿਹਾ ਫਰੌਤੀਆਂ ਦਾ ਇੰਨਾ ਭਾਰੀ ਜ਼ੋਰ ਹੈ ਕੋਈ ਇਨਵੈਸਟਰ ਡਰਦਾ ਪੰਜਾਬ 'ਚ ਨਹੀਂ ਆ ਰਿਹਾ ਜਿਹੜੇ ਲੋਕ ਪੰਜਾਬ 'ਚ ਜਿਨ੍ਹਾਂ ਦੀ ਇਨਵੈਸਟਮੈਂਟਸ ਵੀ ਆਏ ਨੇ ਉਹ ਵੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਤੋ ਇੱਕ ਚੀਫ ਮਿਨਿਸਟਰ ਇਸ ਅਤੇ ਉਹ ਵੀ ਮੈਂ ਸਮਝਦਾ ਕਿ ਚੀਫ ਮਿਨਿਸਟਰ ਉਸ ਪੋਜੀਸ਼ਨ 'ਚ ਨਹੀਂ ਸੀ ਜਿਸ ਚੀਫ ਮਿਨਿਸਟਰ ਨੂੰ ਜਿਸ ਪੋਜੀਸ਼ਨ 'ਚ ਆ ਕੇ ਬਿਆਨ ਦੇਣਾ ਚਾਹੀਦਾ ਆਈ ਥਿੰਕ ਸੋ ਦੇਅਰ ਵਾਸ ਸਮਥਿੰਗ ਸੀਰੀਅਸਲੀ ਰੋਂਗ ਕੱਲ੍ਹ ਦਾ ਜਿਹੜਾ ਉਹਨਾਂ ਦਾ ਐਟੀਟਿਊਡ ਸੀ ਇਟ ਸ਼ੋਡ ਹੀ ਵਾਜ਼ ਨੋਟ ਇਨ ਅ ਨੋਰਮਲ ਪੋਜੀਸ਼ਨ ਮੈਨੂੰ ਨੋਰਮਲ ਨਹੀਂ ਸੀ ਜਾ ਐਬਨੋਰਮਲ ਜਾ ਰਿਹਾ ਤੁਸੀਂ ਵੇਖੋ ਕਿਸ ਕਿਸਮ ਦਾ ਬਿੱਲ ਆਇਆ ਪਲੋਟ ਲੀਗਲ ਕਰਤੇ ਨੇ ਕੌਲੀ ਤੋ ਇਸ ਕਿਸਮ ਦੇ ਕੰਮ ਨੇ ਸੋ ਅੱਜ ਵੀ ਅਸੀਂ ਬਹੁਤ ਸਾਰੇ ਇਸ ਕਿਸਮ ਦੇ ਮਸਲੇ ਉਠਾਵਾਂਗੇ ਚਲੋ ਇਹ ਜੋ ਮਰਜ਼ੀ ਕਰਦੇ ਰਹਿਣ ਇਹੀ ਇਹ ਕਾਰਨ ਬਣਿਆ ਜੋ ਚੀਫ ਮਿਨਿਸਟਰ ਦਾ ਇਹ ਤੌਰ ਤਰੀਕਾ ਹੈ ਇਹਨਾਂ ਦੀ ਜਿਹੜੀ ਭਾਸ਼ਾ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਦੇ ਵਿੱਚ ਅਤੇ ਆਊਟ ਆਫ ਹਾਊਸ ਉਹਦਾ ਕਾਰਨ ਹੀ ਬਣਿਆ ਕਿ 92 ਤੋਂ 32 ਤਿਆਰ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਉਂਦੀ ਤਾਂ ਅਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਉਂਦੇ ਟਾਈਮ ਦੇ ਵਿੱਚ ਇਹ 32 ਤੋਂ 10-12 ਤੇ ਰਹਿ ਜਾਣ ਦੇਖੋ ਅੱਜ ਸਪੀਕਰ ਸਾਹਿਬ ਨਾਲ ਗੱਲ ਕਰਾਂਗਾ ਸਪੀਕਰ ਸਾਹਿਬ ਇਹਦੇ ਵਿੱਚ ਖੁਦ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ ਸਪੀਕਰ ਸਾਹਿਬ ਨੇ ਸਾਰੇ ਹਾਊਸ ਨੂੰ ਕੌਨਫੀਡੈਂਸ 'ਚ ਲਿਆ ਇਹ ਯੂਨੈਨਮਸ ਫੈਸਲਾ ਜਿਹੜਾ ਹੈ ਬੋਹਰ ਸਿੰਘ ਵਾਲਾ ਇਹ ਹਾਊਸ ਨੇ ਕੀਤਾ ਉਸ ਤੋਂ ਬਾਅਦ ਸਪੀਕਰ ਸਾਹਿਬ ਦੇ ਹੱਥ 'ਚ ਨਹੀਂ ਰਹਿ ਗਿਆ ਇਹ ਜੋ ਕੁਝ ਵੀ ਕੀਤਾ ਇਹ ਸਮਝੋ ਅਨਕੋਨਸਟੀਟਿਊਸ਼ਨ ਨੇ ਸਪੀਕਰ ਸਾਹਿਬ ਨੂੰ ਜਿੰਨਾ ਚਿਰ ਹਾਊਸ ਨੂੰ ਕੌਨਫੀਡੈਂਸ ਨਹੀਂ ਸੀ ਲੈ ਸਕਦੇ ਕੰਮ ਨਹੀਂ ਸੀ ਕਰ ਸਕਦੇ ਅੱਜ ਮੈਂ ਪੁਆਇੰਟ ਚੁੱਕਾਂਗਾ ਸਪੀਕਰ ਸਾਹਿਬ ਕੋ ਕਿ ਸਪੀਕਰ ਸਾਹਿਬ ਤੁਹਾਡੇ ਕੋਲ ਇਹ ਪਾਵਰ ਹੈ ਇੱਕ ਵਾਰ ਤੁਸੀਂ ਸਾਰੇ ਹਾਊਸ ਦਾ ਓਪੀਨੀਅਨ ਲੈ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਇਹ ਕੰਮ ਕੀਤਾ ਹਾਊਸ ਦੇ ਕੋਲ ਤਾਕਤ ਹੈ ਤੁਹਾਡੇ ਕੋਲ ਹੁਣ ਤਾਕਤ ਨਹੀਂ ਰਹਿ ਗਈ ਕੱਲ੍ਹ ਤੁਸੀਂ ਜੋ ਜਿਸ ਤਰ੍ਹਾਂ DGP ਨੂੰ ਸਮਨ ਕੀਤਾ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਫਿਰ ਹਾਊਸ ਦੇ ਕੋਲੋਂ ਸਰਬਸੰਮਤੀ ਕਰਵਾਉਣ ਦਾ ਕੀ ਫਿਰ ਆਪਣੇ ਆਪ ਹੀ ਕਰ ਲੈਂਦੇ ਉਹ ਚੀਜ਼ਾਂ ਵੇਖੋ ਜਿਹੜੀਆਂ ਇਹ ਚੀਜ਼ਾਂ ਨੇ ਕੱਲ ਪ੍ਰੋਪਰਟੀਜ਼ ਨੂੰ ਲੈ ਕੇ ਵੀ ਤਲਖੀ ਜਿਹੜੀ NOC ਦਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੀ ਤੁਹਾਡਾ ਕਿਤੇ ਨਾ ਕਿਤੇ ਤਲਖੀ ਵਾਲਾ ਵੀ ਤੁਹਾਡੇ ਨਾਲ ਜਿਹੜੀ ਹੋਈ ਹੈ ਵੇਖੋ ਤਲਖੀ ਤੋਂ ਅੱਜ ਤੋਂ ਮਜਬੂਰ ਹੈ ਇਹਨਾਂ ਦਾ CM ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਵਾਜ਼ ਨਾਟ ਨੋਰਮਲ ਪੰਜਾਬ ਦੇ ਲੋਕ ਅੰਡਰਸਟੈਂਡ ਕਰਦੇ ਹੋਣਗੇ ਮੈਂ ਕਹਿਣਾ ਕੀ ਚੱਲ ਕੋਈ ਨੋਰਮਲ ਬੰਦੇ ਦਾ ਤੇ ਬਹਿਸ ਹੋ ਸਕਦੀ ਹੈ ਅਬਨੋਰਮਲ ਨਾਲ ਕੀ ਕਰੀਏ ਇਹ ਕੋਈ ਪਹਿਲੀ ਵਾਰ ਨਹੀਂ ਲੰਚ ਤੋਂ ਪਹਿਲੇ ਠੀਕ ਠਾਕ ਸਨ ਲੰਚ ਤੋਂ ਬਾਅਦ ਮੈਨੂੰ ਨੀ ਪਤਾ ਇਹਨਾਂ ਨੂੰ ਕੀ ਹੋਇਆ ਮੈਂ ਤੁਹਾਨੂੰ ਦੱਸਿਆ 92 ਤੋਂ 32 ਤੇ ਆ ਗਏ ਨੇ 32 ਤੋਂ 10-12 ਤੇ ਤੁਰ ਜਾਣਗੇ ਇਹਨਾਂ 'ਚ ਤਾਕਤ ਹੈ ਇਹਨਾਂ ਕੋਲ ਫੇਸ ਕਰਨ ਦੀ ਤਾਕਤ ਹੀ ਹੈ ਨਹੀਂ
ਇਹ ਭੱਜਣਾ ਚਾਹੁੰਦੇ ਤੇ ਕੰਸਟੀਟਿਊਸ਼ਨਲ ਮਜਬੂਰੀ ਹੈ 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ ਚ ਮਿਲਿਆ ਸੀ ਸਪਟੈਂਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਤੇ ਜੇ ਇਹਨਾਂ ਦਾ ਵਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹਾਊਸ ਨਹੀਂ ਸੀ ਇੱਥੇ ਕੀ ਕਹਿੰਦੇ ਨੇ ਕਨਵੀਨ ਕਰਨਾ ਇਹਨਾਂ ਦੀ ਇੱਕ ਕੰਸਟੀਟਿਊਸ਼ਨਲ ਮਜਬੂਰੀ ਹੈ ਕਿੰਨੀ ਕੁ ਸੁਣਵਾਈ ਹੈ ਤੇ ਜੇ ਤੇ ਸਪੀਕਰ ਵਿਧਾਨ ਸਭਾ ਇੱਕ ਐਸ ਆਈ ਵਾਸਤੇ ਹਾੜੇ ਕੱਢਦਾ ਫਿਰਦਾ ਸਾਰੇ ਹਾਊਸ ਨੂੰ ਬੇਨਤੀ ਕਰਦਾ ਫਿਰਦਾ ਉਹਦੀ ਬੇਨਤੀ ਕਬੂਲੀ ਨਹੀਂ ਜਾਂਦੀ।